ਜਦਾ ਲੜਕਾ ਸਾਡਾ ਜੀ ਜਾਂਦੇ ਜਾਂਦੇ ਟਾਪੂ ਤੋਂ ਲਾਪਤਾ ਹੋ ਗਿਆ ਸੀ 2017 'ਚ, ਜਿਹਦਾ ਕਿ ਹੁਣ ਸਾਨੂੰ ਤਕਰੀਬਨ 1 ਸਾਲ ਦੇ ਬਾਅਦ ਮਾੜੀ ਜਿਹੀ ਉਮੀਦ ਥੋੜ੍ਹੀ ਜਾਗੀ ਆ ਵੀ ਉਹਦੇ ਨਾਲ ਦੇ 100 ਜਣ, ਤਾਜ਼ੀਆਂ ਖਬਰਾਂ ਆਈਆਂ ਜੇ ਵੀ 100 ਬੰਦਾ ਹੈਗਾ ਉੱਥੇ ਉਸ ਜੇਲ੍ਹ 'ਚ, 16 ਜੇਲ੍ਹਾਂ 'ਚ, ਅਮੈਰੀਕਾ ਦੀ 16 ਜੇਲ੍ਹਾਂ 'ਚ 100 ਬੰਦਾ ਹੀ ਹੋ, ਉਹਦੇ ਵਿੱਚ ਮੁੰਡੇ ਸਾਡੇ ਦਾ ਨਾਂ ਆਇਆ, ਯਾਨੀ ਕਿ ਸਾਨੂੰ ਥੋੜ੍ਹੀ ਜਿਹੀ ਉਮੀਦ ਆ ਸਰਕਾਰ, ਬਸ ਇਹੋ ਉਹਦੇ ਅੱਗੇ ਰਿਕੁਐਸਟ ਕਰਨੀ ਆ ਵੀ ਪਲੀਜ਼ ਸਾਡੀ ਹੈਲਪ ਕਰਨ, ਜੋ ਵੀ ਹੈ ਅਸੀਂ ਕਰਾਂਗੇ, ਸਰਕਾਰ ਦੇ ਨਾਲ ਸਹਿਮਤ ਹੋ ਕੇ ਚੱਲਾਂਗੇ। ਹਾਂਜੀ, ਇੱਕੋ ਇੱਕੋ ਮੁੰਡਾ ਸੀ ਸਾਡਾ, ਇਕੱਲਾ ਇਕੱਲਾ ਮੁੰਡਾ ਸੀ ਜਿਹੜਾ ਕਿ ਅਸੀਂ ਤਾਂ ਤੋਰਿਆ ਸੀ ਕਮਾਈ ਵਾਸਤੇ, ਪਰ ਨਹੀਂ, ਜੋ ਕੁਦਰ ਮਨਜ਼ੂਰ ਉਹੀ ਹੋਣਾ। ਚਲੋ ਫਿਰ ਵੀ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਨੇ ਵੀ ਵੱਧ ਤੋਂ ਵੱਧ ਸਾਡੀ ਮਦਦ ਕਰੇ। ਜਸਵਿੰਦਰ ਏਜੰਟ ਦੇ ਥਰੂ ਗਿਆ ਸੀ ਅਤੇ 30 ਤੋਂ 35 ਲੱਖ ਦੇ ਵਿੱਚ ਹੋਇਆ ਸੀ ਸੌਦਾ, ਵੀ 30 ਤੋਂ 35 ਲੱਖ ਰੁਪਇਆ ਅਸੀਂ ਦਾਂਗੇ ਏਜੰਟ ਨੂੰ ਪਹੁੰਚਣ 'ਤੇ। ਪਰ ਸਾਡਾ ਮੁੰਡਾ ਜਿਸ ਟਾਪੂ ਤੋਂ ਲਾਪਤਾ ਹੋ ਗਿਆ, ਉਸ ਤੋਂ ਬਾਅਦ 1 ਸਾਲ ਦਾ ਸਾਨੂੰ ਨਹੀਂ ਪਤਾ ਮੁੰਡਾ ਸਾਡਾ ਕਿੱਥੇ ਆ ਕਿੱਥੇ ਨਹੀਂ, ਬੱਚਾ ਵਾਪਸ ਚਾਹੀਦਾ ਨਾ। ਜੇ ਮੰਨ ਲਓ ਵੀ ਨਹੀਂ ਕੋਈ ਬੰਦ ਦੀ ਲੋੜ ਮੁਤਾਬਕ ਅਸੀਂ ਏਜੰਟ 'ਤੇ ਵੀ ਕੋਈ ਐਕਸ਼ਨ ਲੈ ਲਾਂਗੇ। ਹਾਂਜੀ, ਜਿਹੜੇ 2 ਨੰਬਰ 'ਚ ਏਜੰਟ ਭੇਜਦੇ ਆ ਇਹਦੇ 'ਤੇ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ। ਗੁਰਦੀਪ ਸਿੰਘ ਬੇਟਾ ਸੀ ਅਤੇ ਇੱਦਾਂ ਹੀ ਮੈਂ ਭੇਜਿਆ ਸੀ ਬਾਹਰ, 2 ਅਗਸਤ ਨੂੰ ਉਹਦੀ ਗੱਲ ਹੋਈ ਸੀ ਅਤੇ ਮੁੜ ਕੇ ਉਹ ਕਿਤੇ ਫਟੇ ਗਏ ਰਾਹ 'ਚ, ਅਤੇ ਮੁੜ ਕੇ ਗੱਲ ਨਹੀਂ ਹੋਈ। ਅਤੇ ਹੁਣ ਜਿਹੜੇ ਹੁਣ ਫਿਰ ਪਤਾ ਲੱਗਾ 8-9 ਮਹੀਨੇ ਬਾਅਦ, ਅਤੇ ਇਹਦੇ ਕਰਕੇ ਹੁਣ ਥੋੜ੍ਹਾ ਜਿਹਾ ਸਾਨੂੰ ਹੌਸਲਾ ਹੋਇਆ ਵੀ ਠੀਕ ਹੈ, ਮੁੰਡੇ ਫਫੜੋਏ ਆ ਅਤੇ ਫੋਨ ਫਾਨ ਆਏਗਾ ਜਾਂ ਕਿੱਦਾਂ ਵੀ ਕੋਈ ਕਿਸੇ ਵੀ ਹਾਲਾਤ ਆ ਜਾਏਗਾ। ਹੁਣ ਭੇਜਿਆ ਸੀ ਮਹਿੰਦੀਪੁਰ ਦਾ ਜੀ ਸੁਖਵਿੰਦਰ ਸਿੰਘ, 10 ਲੱਖ ਲਿਆ ਸੀ, ਬਾਕੀ ਪਹੁੰਚਣ 'ਤੇ ਕਰਨਾ। ਮੁੰਡੇ ਆ ਜਾਣ ਠੀਕ ਹੈ, ਤਾਂ ਵੀ ਆ ਜਾਣ, ਜੇ ਅੱਗੇ ਨੂੰ ਫਿਰ ਉਹਨਾਂ ਨੂੰ ਭੇਜਣੇ ਆ ਬੌਂਡ ਪਾਉਣਾ ਜੋ ਕੁਝ ਵੀ ਕੁਝ ਕਰਨਾ, ਅਤੇ ਜਿੱਦਾਂ ਉਹ ਕਰਨਗੇ ਉੱਦਾਂ ਹੀ ਅਸੀਂ ਕਰਾਂਗੇ। ਸਾਡਾ ਇਹੋ ਅਖਬਾਰ ਦੇ ਹਿਸਾਬ ਨਾਲ ਪਤਾ ਲੱਗਾ ਤੇ ਮੁੰਡੇ ਫੜੇ ਆ ਜੇਲ੍ਹ 'ਚ, ਅਤੇ ਅਖਬਾਰਾਂ ਹਿਸਾਬ ਨਾਲ ਪਤਾ ਲੱਗਾ, ਪਹਿਲਾਂ ਕੋਈ ਪਤਾ ਨਹੀਂ ਸਾਨੂੰ ਲੱਗਾ ਵੀ ਕਿੱਥੇ ਆ ਕਿੱਥੇ ਨਹੀਂ। ਬਸ ਇੰਨੇ ਕਹਿੰਦੇ ਆ ਵੀ ਮੁੰਡੇ ਠੀਕ ਠਾਕ ਆ ਜਾਣਗੇ, ਕੋਈ ਗੱਲ ਨਹੀਂ।